और 2013 के 15-15 हज़ार के 3200-3200 रुपया लोधी नंगल गोगाना को दवाया से जी उदो अकाली दल राज उस तो बाद ज्यों कांग्रेस ही है इन्होंने बेरा गर्क करता। हर उस व्यक्ति को मकान मिलना चाहिए जिसके सर पे छत नहीं। 125 करोड़ से अधिक भाई बहनों को घर की चाबी मिल चुकी है। 125 करोड़ से अधिक भाई बहनों को घर की चाबी मिल चुकी है। मेरा नाम शीलो है ते अहे इत्थे मैं ते रोटियां लगे पकान बाहर तरपाल पाई दी है ते न्याणे अड्डी उठ के बुढ़ा उठ के बुरश बुरश करन लग पिया ते मैं ते रोटियां पकांदे कोठा डिग पिया ते उदा माड़ी मोटी घरीटां जिहां लग पईआं ने मैं करलाण लग पईआं ते रक्षा बेचारा बंद अखियां तो उहनूं इन्ना दिखदा नहीं हैगा। मुंडे ने दो ब्याज दे ने उह वक्खो वक्ख ने उह आउंदे जांदे है नहीं ते हुण साडे वास्ते तो बहुत मुश्किल जिहा हो गया गुजारा बड़ा मुश्किल चलदा ਸਾਡਾ ਕੋਠਾ ਡਿੱਗਦਾ ਹੁਣ ਅਸੀਂ ਕਿੱਥੇ ਜਾਈਏ ਇਹੋ ਜਿਹੀਆਂ ਬੱਦਲਾਂ ਦੇ ਵਿੱਚ ਨਾ ਸਾਨੂੰ ਕਿਸੇ ਨੇ ਕਿਰਾਏ 'ਤੇ ਦੇਣਾ ਨਾ ਸਾਡੇ ਕੋਲ ਕਿਰਾਇਆ ਨਿਕਲਣਾ ਸਾਡੇ ਬੜੇ ਹਾਲਾਤ ਮਾੜੇ ਨੇ ਸਾਡੀ ਕਿਰਪਾ ਕਰਕੇ ਤਾਂ ਕੋਈ ਸੁਣੋ ਤੁਸੀਂ ਸਾਡਾ ਕੁਛ ਨਾ ਕੁਛ ਤੁਸੀਂ ਸੋਚੋ ਅਸੀਂ ਤਾਂ ਇੰਨੇ ਕੁ ਦੁਖੀ ਹੋਏ ਪਏ ਹਾਂ ਅਤੇ ਅਸੀਂ ਇੰਨੇ ਮਾੜੇ ਹਾਂ ਇੰਨੇ ਗਰੀਬ ਹਾਂ ਰੋਟੀ ਵੀ ਰਾਤ ਦੀ ਮੁਸ਼ਕਲ ਖਾਈ ਦੀ ਹੈ ਅਤੇ ਕੀ ਕਰੀਏ ਹੁਣ ਉਹਨੂੰ ਚੰਨ ਦਿਸਦਾ ਕੱਖ ਨੇ ਜੇ ਕੋਈ ਲੱਭਦਾ ਉਹਨੂੰ ਅਤੇ ਲਿਆ ਕੇ ਆਟਾ ਉਟਾ ਲਾਈਦਾ ਜੋ ਲੱਠਰ ਪੱਟਰ ਲਿਆ ਕੇ ਅਤੇ ਸੌਦਾ ਤੇ ਰੋਟੀ ਪਕਾਈ ਦੇ ਮਹਾਂ ਰੋਟੀ ਜੋ ਗਈਆਂ ਅਤੇ ਬੜਾ ਮੁਸ਼ਕਲ ਸਾਡਾ ਗੁਜ਼ਾਰਾ ਚੱਲਦਾ ਸਾਡੇ ਕੋਲ ਤਾਂ ਛਤੋਇਆ ਹੀ ਨਹੀਂ ਗਿਆ ਕੱਚਾ ਕੋਠਾ ਸੀ ਮੁੰਡੇ ਸਾਡੇ ਨੇ ਉਹ ਆਹ ਜਿਹੜਾ ਕੰਮ ਲੱਭ ਜੇ ਉਹ ਹੀ ਕਰਦੇ ਨੇ ਉਹ ਵੱਖ ਵਾਰ ਵਾਲੇ ਨੇ ਅਤੇ ਵਿਆਹ ਦਿਨ ਕੋਈ ਦਿੰਦੇ ਲੈਂਦੇ ਨਹੀਂ ਅਤੇ ਉਹ ਬੁੱਢਾ ਵਿਚਾਰਾ ਉਹਨੇ ਰਸ਼ਕਾ ਲਾਏ ਫਿਰ ਮੈਂ ਤੇ ਮੇਰਾ ਸਾਡਾ ਬੁੱਢਾ ਹੀ ਰਹਿੰਦਾ ਹੈ ਬਸ ਮਾਰਾ ਹਾਸਾ ਵਾਪਰਿਆ ਗਰੀਬ ਪਰਿਵਾਰ ਨਾਲ ਇਹ ਰੋਟੀ ਪਾਣੀ ਵਿਚਾਰੇ ਮਿਹਨਤ ਕਰਕੇ ਮਜ਼ਦੂਰੀ ਕਰਕੇ ਕਮਾ ਕੇ ਖਾਂਦੇ ਹੈਗੇ ਅਸੀਂ ਘਰ ਵਾਲਾ ਇਹਦਾ ਜਿਹੜਾ ਰਿਸ਼ਕਾ ਵੰਧ ਹੈਗਾ ਆਪੇ ਲੋਕਾਂ ਘਰ ਭਾਂਡੇ ਮਾਂਜੀਆਂ ਬਜ਼ੁਰਗ ਮਾਤਾ ਸ਼ੀਲੋ ਇਹਦਾ ਨਾਂ ਆ ਅਤੇ ਘਰ ਵਾਲੇ ਦਾ ਨਾਮ ਮਨੋਹਰ ਲਾਲ ਹੈ ਔਰ ਗਾਂਧੀ ਕੈਂਪ ਦੀ ਗੱਲ ਕੀਤੀ ਜਾਏ ਤਾਂ ਇੱਥੇ ਹਮੇਸ਼ਾ ਸਰਕਾਰਾਂ ਨੇ ਇਗਨੋਰ ਕੀਤਾ ਹੈਗਾ ਗਾਂਧੀ ਕੈਂਪ ਨੂੰ ਖਾਸ ਤੌਰ 'ਤੇ ਕਾਂਗਰਸ ਪਾਰਟੀ ਨੇ ਅੱਜ ਤੱਕ ਬਣੀਆਂ 450 ਅੱਜ ਤੱਕ ਕਿਸੇ ਨੇ ਵੀ ਗਰੀਬ ਪਰਿਵਾਰ ਨੂੰ ਮੁਆਵਜ਼ਾ ਨਹੀਂ ਗਾਂਧੀ ਕੈਂਪ 'ਚ ਦਿੱਤਾ ਔਰ ਇਹ ਗਰੀਬ ਪਰਿਵਾਰ ਦੇ ਇਸ ਟਾਈਮ ਇੰਨੇ ਮਾੜੇ ਹਾਲਾਤ ਨੇ ਇਹੋ ਮਕਾਨ ਹੀ ਹੈ ਦੋਨੇ ਜੀਆਂ ਕੋਲ ਸੌਣ ਵਾਸਤੇ ਔਰ ਇਹ ਮਕਾਨ ਵੀ ਇਸ ਟਾਈਮ ਜਿਹੜਾ ਉਹ ਡਿੱਗ ਪਿਆ ਹੈਗਾ ਬਿਸਤਰੇ ਵਿਚਾਰੇ ਦਾ ਖਰਾਬ ਹੋ ਗਿਆ ਪੱਖਾ ਪੁੱਖਾ ਸਾਰਾ ਕੁਝ ਟੁੱਟ ਭੱਜ ਗਿਆ ਸੋ ਮੇਰੀ ਸਰਕਾਰਾਂ ਅੱਗੇ ਰਿਕੁਐਸਟ ਹੈਗੀ ਹੈ ਬੇਨਤੀ ਹੈਗੀ ਹੈ ਕਿ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਏ ਤਾਂ ਕਿ ਆਪਣਾ ਫਿਰ ਦੁਬਾਰਾ ਬਸੇਰਾ ਕਰ ਸਕਣ ਹਾਂਜੀ ਸਾਰੇ ਸਰਕਾਰ ਨੇ ਵਾਅਦੇ ਕੀਤੇ ਆ ਕਿ ਆਪਾਂ ਕੱਚੇ ਮਕਾਨ ਪੱਕੇ ਕਰਾਵਾਂਗੇ ਜਿਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਇੰਦਰਾ ਆਵਾਜ਼ ਯੋਜਨਾ ਸ਼ਹਿਰ ਵਿੱਚ ਰਾਜੀਵ ਗਾਂਧੀ ਆਵਾਜ਼ ਯੋਜਨਾ ਪਰ ਅੱਜ ਤੱਕ ਇੱਕ ਦੀਵਾਨੀ ਤੱਕ ਨਹੀਂ ਗਾਂਧੀ ਕੈਂਪ ਨੂੰ ਕਿਸੇ ਵੀ ਸਰਕਾਰ ਨੇ ਦਿੱਤੀ ਔਰ 2013 ਦੇ ਵਿੱਚ 15-15 ਹਜ਼ਾਰ ਦੇ 3200-3200 ਰੁਪਇਆ ਲੋਧੀ ਨੰਗਲ ਗੋਗਾਨਾ ਕੋਲ ਦਵਾਇਆ ਸੀ ਜੀ ਉਦੋਂ ਅਕਾਲੀ ਦਲ ਰਾਜ ਦੇ ਵਿੱਚ ਉਸ ਤੋਂ ਬਾਅਦ ਜਿਉਂ ਕਾਂਗਰਸ ਹੀ ਹੈ ਇਹਨਾਂ ਨੇ ਬੇਰਾ ਗਰਕ ਕਰਤਾ ਨਸ਼ੇ ਦੀ ਗੱਲ ਕੀਤੀ ਜਾਏ ਬਰੇ ਮਾਰੇ ਹਾਲਾਤ ਕਰਤੇ ਨੇ ਸੋ ਇਸ ਤਰ੍ਹਾਂ ਦੇ ਹਾਲਾਤ ਇਸ ਟਾਈਮ ਚੱਲ ਰਹੇ ਨੇ ਕਿ ਸਰਕਾਰ ਗਰੀਬਾਂ ਦੀ ਸੁਣਵਾਈ ਨਹੀਂ ਕਰ ਰਹੀ ਸੋ ਮੈਂ ਹੋਰ ਰਿਕੁਐਸਟ ਕਰੂੰਗਾ ਇਹ ਗਰੀਬ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜੀ।